ਮੁਸਤਫਾ ਹਨੀਫ ਜੋ ਥਰਡ ਪ੍ਰਾਈਜ਼ ਜਿੱਤ ਕੇ ਆਏ ਨੇ, ਇਹ ਉਹਨਾਂ ਦੇ ਪੂਰਾ ਪਰਿਵਾਰ ਹੈ, ਪੂਰੇ ਮੁਹੱਲੇ ਨੇ, ਇਹ ਪੂਰੇ ਖੁਸ਼ੀ ਮਨਾ ਰਹੇ ਨੇ। ਆਓ ਆਪ ਵਿਚਾਰ ਕਰੀਏ ਮੁਹੱਲੇ ਪੜੋਸੀ ਬਾਰੇ, ਇਹਦੇ ਬਾਰੇ ਕੀ ਕਹਿੰਦੇ? ਬਹੁਤ ਵਧੀਆ ਲੱਗਦਾ ਜੀ, ਗੇਮ ਸਟਾਰਟ ਕਰਦੇ ਹਾਂ ਜਦੋਂ ਬੱਚੇ ਛੋਟੇ ਛੋਟੇ ਗੇਮਾਂ 'ਚ ਪੈਂਦੇ ਆ, ਤਾਂ ਉਹਨਾਂ ਦੇ ਭਵਿੱਖ ਦਾ ਮਤਲਬ ਚੰਗਾ ਰਿਜ਼ਲਟ ਆਉਂਦਾ ਫਿਰ ਐਂਡ 'ਤੇ ਆ ਕੇ। ਹੁਣ ਦੁਖੀ ਹੁੰਦੇ ਨੇ ਫਲਾਂ ਤੋਂ, ਬਾਅਦ 'ਚ ਰਿਜ਼ਲਟ ਚੰਗਾ ਆ ਜਾਂਦਾ। ਮੁਸਤਫਾ ਹਨੀਫ ਸਾਹਿਬ ਦੇ ਫਾਦਰ ਨਾਲ ਗੱਲ ਕਰਦੇ ਹਾਂ, ਕੀ ਕਹਿੰਦੇ ਇਸ ਬਾਰੇ? ਮੈਂ ਮੁਹੰਮਦ ਹਨੀਫ, ਮੁਸਤਫਾ ਹਨੀਫ ਦਾ ਫਾਦਰ। ਮੈਂ ਇਹ ਕਹਿਣਾ ਚਾਹਾਂ ਕਿ ਬੋਕਸਿੰਗ ਜੋ ਹੈ ਇਹ ਸਾਡੇ ਪਰਿਵਾਰ ਦੇ ਵਿੱਚ ਬਹੁਤ ਦੇਰ ਤੋਂ ਚੱਲੀ ਆ ਰਹੀ ਹੈ। ਇਸ ਤੋਂ ਪਹਿਲਾਂ ਮੁਹੰਮਦ ਹਬੀਬ ਬੋਕਸਿੰਗ ਕੋਚ, ਜੋ ਅੱਜ ਕੱਲ੍ਹ ਮਾਲੇਰਕੋਟਲੇ ਸਟੇਡੀਅਮ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ, ਉਹ ਬੋਕਸਿੰਗ ਕਰਦੇ ਰਹੇ ਬਹੁਤ ਦੇਰ। ਉਹਨਾਂ ਨੇ ਬੜੇ ਮੈਡਲ ਜਿੱਤੇ। ਉਸ ਤੋਂ ਬਾਅਦ ਮੇਰਾ ਛੋਟਾ ਵੀਰ ਮੁਹੰਮਦ ਰਮਜਾਨ ਸੋਨੀ, ਉਹਨੇ ਬੋਕਸਿੰਗ ਕੀਤੀ, ਉਹ ਯੂਨੀਵਰਸਿਟੀ ਚੈਂਪੀਅਨ ਰਿਹਾ, ਔਰ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਿਹਾ, ਔਰ ਇਹ ਮੇਰੀ ਬੇੜੀ ਤੱਕ ਮਾਸ਼ਾਅੱਲਾ ਪਹੁੰਚਿਆ ਇਹ, ਔਰ ਇਨਸ਼ਾਅੱਲਾ ਇਹ ਜਾਰੀ ਰਹੇਗਾ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੈਡਲ ਇਕੱਲਾ ਨੈਸ਼ਨਲ ਹੀ ਨਹੀਂ ਬਲਕਿ ਓਲੰਪਿਕ ਜਾਂ ਮੈਰਾਥਨ ਜਾਂ ਹੋਰ ਵੱਡੇ ਵੱਡੇ ਜਿਹੜੇ ਵੀ ਕੰਪਟੀਸ਼ਨ ਨੇ, ਕਾਮਨਵੈਲਥ ਗੇਮ ਹੈ, ਵਰਲਡ ਕੱਪ ਹੈ, ਇਨਸ਼ਾਅੱਲਾ ਇਹ ਜਿੱਤੂਗਾ ਔਰ ਹਿੰਦੁਸਤਾਨ ਦਾ ਰੋਸ਼ਨ ਨਾਂ ਰੋਸ਼ਨ ਕਰੂਗਾ। ਸਾਨੂੰ ਪੂਰੀ ਪੂਰੀ ਉਮੀਦ ਹੈ, ਔਰ ਸਰਕਾਰ ਵੀ ਸਾਨੂੰ ਉਮੀਦ ਹੈ ਕਿ ਇਸ ਦੇ ਨਾਲ ਸਾਡਾ ਸਹਿਯੋਗ ਕਰੂਗੀ ਔਰ ਬੱਚੇ ਨੂੰ ਵਧੀਆ ਤੋਂ ਵਧੀਆ ਫੈਸਿਲਿਟੀਜ਼ ਪ੍ਰਦਾਨ ਕਰੂ। ਸੋ ਇਹ ਸੀ ਮੁਸਤਫਾ ਹਨੀਫ ਸਾਹਿਬ ਦੇ ਫਾਦਰ, ਅਤੇ ਹੁਣ ਉਹਨਾਂ ਦੇ ਚਾਚਾ ਜੀ ਨਾਲ ਗੱਲ ਕਰਦੇ ਹਾਂ, ਜੋ ਉਹਨਾਂ ਦੇ ਗੁਰੂ ਵੀ ਨੇ, ਸਭ ਕੁਛ ਨੇ ਉਹਨਾਂ ਨਾਲ। ਸਾਡੇ ਜਿਹੜਾ ਹੁਣ ਸਕੂਲ ਸਾਹਿਬ ਜੀ ਨੇ ਨੈਸ਼ਨਲ ਹੋਈ ਹੈ ਰੋਹਤਕ ਵਿਖੇ, ਜਿਹਦੇ ਵਿੱਚ ਮੁਸਤਫਾ ਹਨੀਫ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੱਕ ਬਹੁਤ ਵੱਡੀ ਉਪਲਬਧੀ ਹੈ, ਕਿਉਂਕਿ ਜਿਹੜਾ ਸਾਹਿਬ ਜੀ ਨੈਸ਼ਨਲ ਹੁੰਦੀ ਹੈ ਇਹ 'ਚ ਪੂਰੇ ਇੰਡੀਆ ਦੇ ਵਿੱਚੋਂ ਬੋਕਸਰ ਭਾਗ ਲੈਂਦੇ ਨੇ। ਬਹੁਤ ਟਫ ਕੰਪੀਟੀਸ਼ਨ ਹੁੰਦਾ, ਜਿਹਦੇ ਵਿੱਚ ਮੁਸਤਫਾ ਹਨੀਫ ਨੇ ਪੰਜਾਬ ਵੱਲੋਂ ਭਾਗ ਲਿਆ ਸੀ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਹ ਤੀਸਰਾ ਸਥਾਨ ਹਾਸਿਲ ਕਰਨ ਤੋਂ ਬਾਅਦ ਨਾਲ ਦੀ ਨਾਲੇ ਦੀ ਇੰਡੀਆ ਕੈਂਪ ਦੇ ਵਿੱਚ ਸਿਲੈਕਸ਼ਨ ਹੋ ਗਈ ਹੈ। ਹੁਣ ਜਿਹੜੇ ਇੰਡੀਆ ਦੇ ਵਧੀਆ ਖਿਡਾਰੀ ਨੇ ਉਹਨਾਂ ਦਾ ਸਾਰਿਆਂ ਦਾ ਇੰਡੀਆ ਕੈਂਪ ਲੱਗੂਗਾ, ਜਿਹਦੇ ਵਿੱਚੋਂ ਜਿਹੜੀਆਂ ਟੀਮਾਂ ਬਾਹਰ ਖੇਡੀ ਜਾਣਗੀਆਂ, ਸ਼ਾਇਦ ਹੋ ਸਕਦਾ ਆਪਣਾ ਮੁਸਤਫਾ ਹਨੀਫ ਉਹਨਾਂ ਵਿੱਚ ਨਾਮ ਆਵੇ। ਸਾਨੂੰ ਪੂਰੀ ਉਮੀਦ ਹੈ ਕਿ ਮੁਸਤਫਾ ਹਨੀਫ ਜੋ ਬੋਕਸਿੰਗ ਦੇ ਵਿੱਚ ਬਹੁਤ ਵਧੀਆ ਕਰ ਰਿਹਾ, ਸਾਨੂੰ ਪੂਰੇ ਪੰਜਾਬ ਬੋਕਸਿੰਗ ਫੈਮਿਲੀ ਨੂੰ, ਜੋ ਸਾਡੇ ਪ੍ਰਧਾਨ ਨੇ, ਸਾਡੇ ਗੁਰਮੀਤ ਭਾਅ ਜੀ ਜਾਂ ਸੈਕਟਰੀ ਸਾਹਿਬ ਨੇ ਸੰਤੋਖ ਦਿੱਤਾ ਜੀ, ਸਾਨੂੰ ਉਹਨਾਂ ਤੋਂ ਪੂਰੀ ਆਸ ਹੈ ਕਿ ਮੁਸਤਫਾ ਹਨੀਫ ਸਾਡੇ ਪੰਜਾਬ ਬੋਕਸਿੰਗ ਇੱਕ ਵਾਰ ਦੂਈ ਉਪ ਬਹੁਤ ਉੱਪਰ ਅੱਗੇ ਤੱਕ ਲੈ ਕੇ ਜਾਣਗੇ ਅਤੇ ਵੱਡੇ ਵੱਡੇ ਉਪਲਬਧੀਆਂ ਹਾਸਲ ਕਰਨਗੇ, ਏਸ਼ੀਅਨ ਗੇਮਸ ਜਾਂ ਉਸ ਤੋਂ ਇਲਾਵਾ ਜਿਹੜੇ ਸਾਡੀਆਂ ਬੋਕਸਿੰਗ ਦੀਆਂ ਗੇਮਾਂ ਹੁੰਦੀਆਂ ਨੇ ਉਹਦੇ 'ਚ ਮੈਡਲ ਹਾਸਲ ਕਰਨਗੇ। ਜੇ ਮੈਂ ਮੁਸਤਫਾ ਹਨੀਫ ਬਾਰੇ ਗੱਲ ਕਰਾਂ ਤਾਂ ਇਹਨਾਂ ਨੇ 2015 'ਚ ਮੇਰੇ ਕੋਲ ਬੋਕਸਿੰਗ ਸਟਾਰਟ ਕੀਤੀ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਜਦੋਂ ਸਕੂਲ ਸਟੇਟ ਹੋਈ ਸੀ ਉਹਦੇ ਵਿੱਚ ਭਾਗ ਲਿਆ ਸੀ ਅਤੇ ਦੂਸਰਾ ਸਥਾਨ ਹਾਸਲ ਕੀਤਾ ਸੀ। ਉਸ ਤੋਂ ਬਾਅਦ ਪੰਜਾਬ ਖੇਡ ਵਾ ਅੰਡਰ 14 ਖੇਡਾਂ ਹੁੰਦੀਆਂ ਨੇ, ਉਹਦੇ ਵਿੱਚ ਪਹਿਲਾ ਸਥਾਨ ਸਾਊਥ ਜੂਨੀਅਰ ਸਟੇਟ ਹੋਈ, ਤਮੜੀ ਸਾਬੋ ਪਹਿਲਾ ਸਥਾਨ ਸਾਊਥ ਜੂਨੀਅਰ ਸਟੇਟ ਹੋਈ, ਫਾਜ਼ਿਲਕਾ ਬੋਹਰ, ਇਸ ਤੋਂ ਇਲਾਵਾ ਬਹੁਤ ਦੂਰ ਦੂਰ ਅਨੰਦਪੁਰ ਸਾਹਿਬ ਹੋਈ ਪੰਜਾਬ ਖੇਡਾਂ, ਉਹਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵੀ ਬਹੁਤ ਕਾਫੀ ਮੈਡਲ ਹਾਸਲ ਕੀਤੇ, ਪਟਿਆਲਾ ਵਿਖੇ ਪੰਜਾਬ ਖੇਡਾਂ ਹੋਈਆਂ, ਦੂਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਫਿਰ ਨੈਸ਼ਨਲ ਹੋਈ, ਸਕੂਲ ਨੈਸ਼ਨਲ, ਉਹਦੇ ਵਿੱਚ ਇਹਨੇ ਦੂਸਰਾ ਸਥਾਨ ਕੀਤਾ ਹਾਸਲ ਕੀਤਾ। ਉਸ ਤੋਂ ਜਦੋਂ ਇਹ ਆਪਣੇ ਦਮਨ ਐਂਡ ਦਿਓ ਵਿਖੇ ਖੇਡਣ ਗਿਆ ਸੀ ਸਕੂਲ ਨੈਸ਼ਨਲ, ਦੂਸਰਾ ਸਥਾਨ ਹਾਸਲ ਕੀਤਾ ਸੀ ਪੰਜਾਬ ਦਾ, ਇੱਕੋ ਇੱਕ ਬੋਕਸਰ ਸੀ ਜਿਹਨੇ ਦੂਸਰਾ ਸਥਾਨ ਹਾਸਲ ਕੀਤਾ ਸੀ। ਉਹ ਉਸ ਟੂਰਨਾਮੈਂਟ ਬੇਸ 'ਤੇ ਇਹਦੀ ਖੇਲੋ ਇੰਡੀਆ ਦੇ ਵਿੱਚ ਸਿਲੈਕਸ਼ਨ ਹੋਈ ਹੈ। ਹੁਣ ਕੁਛ ਇੰਡੀਆ ਦੇ 99 ਪਲੇਅਰ ਨੇ ਜਿਨ੍ਹਾਂ ਨੂੰ ਪੰਜਾਬ ਇੰਸਟੀਚਿਊਟ ਸਪੋਰਟਸ ਪੰਜਾਬ ਗੌਰਮੈਂਟ ਦੇ ਸਹਿਯੋਗ ਨਾਲ ਅਤੇ ਸੈਂਟਰ ਗੌਰਮੈਂਟ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਮੋਹਾਲੀ ਵਿਖੇ, ਇਹਦੀ ਸਿਲੈਕਸ਼ਨ ਹੋਈ ਹੈ। ਹੁਣ ਉੱਥੇ ਟ੍ਰੇਨਿੰਗ ਕਰਨ ਜਾਊਗਾ ਸਾਡੇ ਫਰੈਂਡ ਸਪੋਰਟ ਸਾਹਿਬ ਨੇ ਉੱਥੇ ਜਾਂ ਹੋਰ ਪੰਜਾਬ ਖੇਡ ਵਿਭਾਗ ਵੱਲੋਂ, ਅਤੇ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸਾਡੇ ਮੁਸਤਫਾ ਦੇ ਮੈਡਲ ਆਉਣ ਦੇ ਨਾਲ। ਤੁਸੀਂ ਕਦੇ ਮਲੇਰਕੋਟਲਾ ਦੇ ਜਾਕਰ ਹੁਸੈਨ ਸਟੇਡੀਅਮ ਦੇ ਵਿੱਚ ਆਇਓ, ਬੜੀ ਖੁਸ਼ੀ ਮਨਾਈ ਗਈ ਹੈ, ਖੁਸ਼ੀ ਦਾ ਮਾਹੌਲ ਹੈ ਉੱਥੇ ਸਾਡੇ ਪੰਜਾਬ ਖੇਡ ਵਿਭਾਗ ਵੱਲੋਂ। ਅਤੇ ਸਾਨੂੰ ਮਾਣਯੋਗ ਜਿਹੜੀ ਸਾਡੇ ਲੋਕਲ ਮਿਨਿਸਟਰ ਆ ਰਜੇ ਹਲਤਾਨਾ, ਉਹਨਾਂ ਦੇ ਸਹਿਯੋਗ ਨਾਲ ਸਾਡਾ ਪੰਜਾਬ ਖੇਡ ਵਿਭਾਗ ਦਾ ਯੋਗਰਾਜ ਦੀ ਅਗਵਾਈ ਦੇ ਵਿੱਚ ਸੈਂਟਰ ਚੱਲ ਰਿਹਾ ਹੈ, ਜਿਹਦੇ 'ਚ ਤਕਰੀਬਨ 50 ਮੁੰਡੇ ਅਤੇ ਕੁੜੀਆਂ ਲਗਾਤਾਰ ਪ੍ਰੈਕਟਿਸ ਕਰ ਰਹੇ ਨੇ। ਸਾਨੂੰ ਉਮੀਦ ਹੈ ਕਿ ਜੋ ਸਾਡੇ ਯੂਥ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ 'ਚ ਲੱਗੀ ਹੋਈ ਹੈ, ਉਹ ਮੁਸਤਫਾ ਦੇ ਮਲੇਰਕੋਟਲੇ ਮੈਡਲ ਦੇ ਆਉਣ ਦੇ ਨਾਲ ਹੋਰ ਉਤਸ਼ਾਹਿਤ ਹੋਈ ਹੈ। ਇਸ ਕਰਕੇ ਸਾਨੂੰ ਜਿਵੇਂ ਉਮੀਦ ਹੈ ਸਾਨੂੰ ਕਿ ਸਾਡਾ ਮਲੇਰਕੋਟਲਾ ਬੋਕਸਿੰਗ ਦੇ ਵਿੱਚ ਮੁਸਤਫਾ ਦੇ ਨਾਮ ਨਾਲ ਉਤਸ਼ਾਹਿਤ ਹੋ ਕੇ ਹੋਰ ਬਹੁਤ ਅੱਗੇ ਅੱਗੇ ਜਾਊਗਾ। ਸਾਡਾ ਮਲੇਰਕੋਟਲਾ ਹੋਣਹਾਰ ਬੋਕਸਰ ਜੋ ਬਹੁਤ ਵਧੀਆ ਕਰ ਰਿਹਾ ਹੈ, ਸਾਨੂੰ ਇਸ ਤੋਂ ਬਹੁਤ ਉਮੀਦਾਂ ਨੇ। ਸਾਡੀ ਪੰਜਾਬ ਬੋਕਸਿੰਗ ਨੂੰ ਉਮੀਦਾਂ ਨੇ ਪੂਰੀਆਂ ਕਿ ਬਹੁਤ ਅੱਗੇ ਤੱਕ ਜਾਊਗਾ, ਪੰਜਾਬ ਦਾ ਇੱਕ ਬਹੁਤ ਵੱਡਾ ਨਾਮ ਰੋਸ਼ਨ ਕਰੂਗਾ। ਜਿਹੜਾ ਕੁਛ ਸਾਲਾਂ 'ਚ ਮਲੇਰਕੋਟਲੇ ਬੋਕਸਿੰਗ 'ਚ ਥੋੜ੍ਹਾ ਜਿਹਾ ਹਟ ਗਿਆ ਸੀ, ਕਾਫੀ ਦੇਰ ਗੈਪ ਰਿਹਾ, ਲੇਕਿਨ ਹੁਣ ਸਾਡਾ ਸਟਾਰਟ ਹੋ ਗਿਆ ਮਲੇਰਕੋਟਲੇ ਦਾ ਬੋਕਸਿੰਗ ਦੇ ਵਿੱਚ ਨਾਮ ਆਊਗਾ ਅਤੇ ਉਹਦਾ ਨਾਮ ਸਹਿਰਾ ਮੁਸਤਫਾ ਹਨੀਫ ਨੂੰ ਜਾਂਦਾ ਅਤੇ ਸਾਨੂੰ ਉਮੀਦ ਹੈ ਕਿ ਹੋਰ ਬਹੁਤ ਵਧੀਆ ਕਰੂਗਾ। ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਤੇ ਕੀ ਉਮੀਦ ਕਰਦੇ?
ਹੈ ਜੀ। ਸਾਨੂੰ ਵੈਸੇ ਸਰਕਾਰ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਅਤੇ ਜੋ ਲੋਕਲ ਸਾਨੂੰ ਗੌਰਮੈਂਟ ਹੈ ਉਹਦੇ ਵੱਲੋਂ ਬਹੁਤ ਸਹਿਯੋਗ ਹੈ। ਸਾਡੇ ਮਲੇਰਕੋਟ ਦੇ ਬੋਕਸਿੰਗ ਪ੍ਰੈਜੀਡੈਂਟ ਨੇ ਸਾਡੇ ਜਾਂ ਹੈੱਡ ਮਾਸਟਰ ਮਾਮਾ ਯਾਗੂ ਸਾਹ ਨੇ ਉਹਨਾਂ ਨੂੰ ਸਾਨੂੰ ਜਦੋਂ ਇਹ ਮਸਲਾ ਆਇਆ ਸਟੇਸ਼ਨ 'ਤੇ ਅਸੀਂ ਸਾਰੇ ਬੋਕਸਿੰਗ ਪਰਿਵਾਰ ਵੱਲੋਂ ਰਿਸੀਵ ਕੀਤਾ ਨਾ ਹੋਰ ਜਗ੍ਹਾ ਜਗ੍ਹਾ ਦੇ ਵਿੱਚ ਥਾਂ ਥਾਂ ਦੇ ਉੱਪਰ ਸਾਨੂੰ ਸਹਿਯੋਗ ਕੀਤਾ ਜਾਂਦਾ ਅਤੇ ਮੰਨ ਲਓ ਮਸਲਾ ਨੂੰ ਉਤਸ਼ਾਹਿਤ ਕੀਤਾ ਜਾਂਦਾ। ਸਾਨੂੰ ਲੋਕਲ ਵੱਲੋਂ ਅਤੇ ਸਾਡੇ ਮਨਿਸਟਰ ਵੱਲੋਂ ਸਾਨੂੰ ਫੋਨ ਆਇਆ ਸੀ ਕਿ ਅਸੀਂ ਮਸਲਾ ਨੇ ਨੂੰ ਸਨਮਾਨਿਤ ਕਰਨਾ ਸੀ, ਲੋਕਲ MLA ਸਾਹਿਬ ਨੇ ਮਿਲਣਾ ਅਤੇ ਉਹਨਾਂ ਦਾ ਸਾਨੂੰ ਫੋਨ ਆਇਆ ਸੀਗਾ ਵੀ ਆਪਾਂ ਟਾਈਮ ਰੱਖਾਂਗੇ, ਆਪਾਂ ਫੰਕਸ਼ਨ ਕਰਨਾ ਇੱਕ। ਸਾਨੂੰ ਸਹਿਯੋਗ ਵੱਲੋਂ ਪੂਰਾ ਸਰਕਾਰ ਮਿਲ ਰਿਹਾ।